ਪੰਜਾਬ ਸਰਕਾਰ ਦੀ ਐਕਸਾਈਜ਼ ਕਮਾਈ 'ਚ ਵੱਡਾ ਵਾਧਾ ਹੋਇਆ। ਸ਼ਰਾਬ ਵੇਚ ਕੇ ਸਰਕਾਰ ਨੇ 9,232.81 ਕਰੋੜ ਰੁਪਏ ਕਮਾ ਲਏ ਨੇ। ਦੱਸ ਦਈਏ ਕਿ 2023-24 'ਚ ਸਰਕਾਰ ਦੀ ਕਮਾਈ 'ਚ ਮੋਟਾ ਵਾਧਾ ਹੋਇਆ। 2022-23 'ਚ ਸ਼ਰਾਬ ਤੋਂ 8,428.40 ਕਰੋੜ ਰੁਪਏ ਦੀ ਕਮਾਈ ਹੋਈ ਸੀ, ਜਦਕਿ 2023-24 'ਚ ਇਹ ਕਮਾਈ ਵੱਧ ਕੇ 9,232.81 ਕਰੋੜ ਹੋਈ ਹੈ, ਜੋ ਕਿ 9.54% ਜ਼ਿਆਦਾ ਹੈ। ਜਾਣੀ ਕਿ ਪਿਛਲੇ ਸਾਲ ਦੇ ਮੁਕਾਬਲੇ 9.54% ਸ਼ਰਾਬ ਤੋਂ ਸਰਕਾਰ ਨੂੰ ਕਮਾਈ ਵਧੀ ਹੈ। ਅਤੇ ਜੇਕਰ ਅੰਕੜਿਆਂ ਦੇ ਵਿੱਚ ਦੇਖਿਆ ਜਾਵੇ ਤਾਂ 2022-23 ਦੇ ਮੁਕਾਬਲੇ ਪੰਜਾਬ ਸਰਕਾਰ ਨੇ ਸ਼ਰਾਬ ਵੇਚ ਕੇ 804.41 ਕਰੋੜ ਦੀ ਵਾਧੂ ਕਮਾਈ ਕੀਤੀ ਹੈ, ਜਦਕਿ 2022-23 ਦੇ ਮੁਕਾਬਲੇ ਪੰਜਾਬ ਸਰਕਾਰ ਨੇ 804 ਕਰੋੜ ਵਧੇਰੇ ਕਮਾਈ ਕੀਤੀ ਹੈ 2023-24 ਦੇ ਵਿੱਚ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ 2024-25 ਲਈ ਵੀ 10,145.95 ਕਰੋੜ ਦਾ ਟਾਰਗੇਟ ਮਿੱਥਿਆ ਗਿਆ। ਇਹੀ ਨਹੀਂ, ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਖਿਲਾਫ਼ ਵੀ ਪੰਜਾਬ ਸਰਕਾਰ ਸਖ਼ਤ ਨਜ਼ਰ ਆਈ ਹੈ। ਰਿਕਵਰੀ ਤੋਂ ਬਾਅਦ 57,58,287 ਲੀਟਰ ਲਾਹਣ ਨਸ਼ਟ ਕੀਤੀ ਗਈ ਹੈ ਅਤੇ 2023-24 'ਚ 3,803 FIRs ਦਰਜ ਕੀਤੀਆਂ ਗਈਆਂ ਨੇ ਅਤੇ 3,521 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 234 ਚੱਲਦੀਆਂ ਭੱਠੀਆਂ ਨੂੰ ਨਸ਼ਟ ਕੀਤਾ ਗਿਆ ਅਤੇ 2024 'ਚ ਵੀ ਹੁਣ ਤੱਕ 869 ਮੁਕੱਦਮੇ ਦਰਜ ਕੀਤੇ ਜਾ ਚੁੱਕੇ ਨੇ। 721 ਲੋਕਾਂ ਨੂੰ ਗੈਰ ਕਾਨੂੰਨੀ ਕੰਮ ਕਰਦਿਆਂ ਸ਼ਰਾਬ ਦਾ ਗ੍ਰਿਫਤਾਰ ਕੀਤਾ ਗਿਆ। ਤਾਂ ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਦੇ ਰਾਹੀਂ ਚੰਗੀ ਕਮਾਈ ਹੋ ਰਹੀ ਹੈ। 2022-23 ਦੇ ਵਿੱਚ ਜੇਕਰ 8,428 ਕਰੋੜ ਦੀ ਕਮਾਈ ਹੁੰਦੀ ਹੈ ਤਾਂ 2023-24 ਦੇ ਵਿੱਚ ਇਹ ਕਮਾਈ ਵੱਧ ਕੇ 9,232 ਕਰੋੜ ਹੋ ਜਾਂਦੀ ਹੈ ਅਤੇ ਹੁਣ 2024-25 ਲਈ ਇਹ ਟਾਰਗੇਟ 10,145 ਕਰੋੜ ਦਾ ਮਿੱਥਿਆ ਗਿਆ ਹੈ। ਜਾਣੀ ਕਿ ਪੰਜਾਬ ਸਰਕਾਰ ਸ਼ਰਾਬ ਵੇਚ ਕੇ ਚੰਗੀ ਕਮਾਈ ਕਰ ਰਹੀ ਹੈ ਅਤੇ ਇਲੀਗਲ ਗੈਰ ਕਾਨੂੰਨੀ ਢੰਗ ਨਾਲ ਤਿਆਰ ਕੀਤੀ ਜਾਂਦੀ ਦੇਸੀ ਸ਼ਰਾਬ ਅਤੇ ਲਾਹਣ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਉਹਨਾਂ 'ਤੇ ਸ਼ਿਕੰਜਾ ਵੀ ਕੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਸ਼ਰਾਬ ਤੋਂ ਉਹ ਵਧੇਰੇ ਕਮਾਈ ਕਰੇਗੀ, ਜੋ ਹੁਣ ਹੁੰਦੀ ਵੀ ਦਿਖ ਰਹੀ ਹੈ।